ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਡਿਪਾਰਟਮੈਂਟ ਆਫ ਡਰਾਮਾ ਹੈ। ਇਹ ਮੈਨੂੰ ਮੌਕਾ ਮਿਲਿਆ ਸੀ 1967 'ਚ, ਇੱਥੇ ਸਪੀਚ ਐਂਡ ਡਰਾਮਾ ਡਿਪਾਰਟਮੈਂਟ ਬਣਿਆ ਸੀ, ਤਾਂ ਵਾਈਸ ਚਾਂਸਲਰ ਨੇ ਕਿਤੇ ਮੈਨੂੰ ਸਜੈਕਟ ਕਰ ਲਿਆ, ਮੈਂ ਵੀ ਉੱਥੇ 3 ਸਾਲ ਉਹਨੂੰ ਡਰਾਮਾ ਪੜ੍ਹਾਇਆ। ਤੁਸੀਂ ਹੈਰਾਨ ਹੋਊਗੇ, ਹਾਸੇ ਦੀ ਗੱਲ ਹੈ ਕਿ ਮੈਂ ਉੱਥੇ ਡਰਾਮਾ ਪੜ੍ਹਾਉਂਦਾ ਸੀ, ਮੈਂ ਉਸਤਾਦ ਸੀ, ਉਹ ਸ਼ਗਿਰਦ ਸੀ। ਲੋਕ ਕਹਿੰਦੇ ਚੰਗਾ ਉਸਤਾਦ ਨਿਕਲਿਆ, ਸ਼ਗਿਰਦ ਹੀ ਲਿਆ ਉੜਿਆ। ਮੈਂ ਕਿ ਨਹੀਂ ਭਰਾ, ਮੇਰਾ ਤਾਂ ਵਿਆਹ ਪਹਿਲਾਂ ਦਾ ਹੋਇਆ ਸੀ। ਮਗਰ ਮੈਂ ਤੁਹਾਨੂੰ ਇਹ ਮਹਿਸੂਸ ਕਰਦਾ, ਸਾਡੀ ਭਾਰਤੀ ਰੰਗਮੰਚ ਜਿਹੜੀ ਕਿਤਾਬ ਹੈ ਭਰਤਮੁਨੀ ਦੀ, ਉਹ 'ਚ ਵੀ ਦੱਸਿਆ ਕਿ ਐਕਟਰ ਬਣਾਇਆ ਨਹੀਂ ਜਾਂਦਾ, ਐਕਟਰ ਜੰਮਿਆ ਹੀ ਹੁੰਦਾ। ਅਜੋਕੇ ਸਮੇਂ 'ਚ ਜਿਹੜੀ ਨਵੀਂ ਪੀੜ੍ਹੀ ਹੈ ਉਹ ਰੰਗਮੰਚ ਤੋਂ ਲੱਗਦਾ ਵੀ ਦੂਰ ਹੁੰਦੀ ਜਾ ਰਹੀ ਹੈ, ਕਿਉਂਕਿ ਮੋਬਾਈਲ ਦਾ ਯੁੱਗ ਆ ਗਿਆ, ਸੋਸ਼ਲ ਮੀਡੀਆ ਦਾ ਯੁੱਗ ਆ ਗਿਆ। ਜਿਹੜਾ ਬੰਦਾ ਥੀਏਟਰ ਕਰਦਾ ਨਾ, ਉਹਦਾ ਮਿਸ਼ਨ ਫਿਲਮ ਹੁੰਦੀ ਹੈ। ਉਹ ਕਹਿੰਦਾ ਮੈਂ ਫਿਲਮ ਕਿਉਂ, ਫਿਲਮਾਂ ਦੀ ਚਮਕ ਦਮਕ, ਪੰਜਾਬੀ ਰੰਗ ਮੰਚ ਦੇ ਬਾਬਾ ਬੋਹੜ ਪ੍ਰਾਣ ਸੱਭਰਵਾਲ, ਜਦੋਂ ਵੀ ਉਹਨਾਂ ਦਾ ਅਸੀਂ ਨਾਮ ਸੁਣਦੇ ਹਾਂ ਤਾਂ ਸਾਡੀਆਂ ਅੱਖਾਂ ਦੇ ਸਾਹਮਣੇ ਕਈ ਦਹਾਕਿਆਂ ਦੀ ਮਿਹਨਤ ਜਿਹੜੀ ਉਹਨਾਂ ਨੇ ਰੰਗ ਮੰਚ ਨੂੰ ਦਿੱਤੀ ਉਹ ਸਾਹਮਣੇ ਆ ਜਾਂਦੀ ਹੈ। ਸੈਂਕੜੇ ਨਾਟਕ ਜਿਨ੍ਹਾਂ ਦਾ ਮੰਚਨ ਪ੍ਰਾਣ ਸੱਭਰਵਾਲ ਨੇ ਇੱਕ ਐਕਟਰ ਦੇ ਤੌਰ 'ਤੇ, ਇੱਕ ਨਿਰਦੇਸ਼ਕ ਦੇ ਤੌਰ 'ਤੇ ਕੀਤਾ, ਸਾਡੇ ਜ਼ਿਹਨ ਦੇ ਵਿੱਚ ਆਪ ਮੁਹਾਰੇ ਆ ਜਾਂਦੇ ਨੇ। ਭਾਰਤ ਸਰਕਾਰ ਦੇ ਵੱਲੋਂ ਉਹਨਾਂ ਨੂੰ ਰੰਗ ਮੰਚ ਦੇ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਬਦਲੇ ਪਦਮ ਸ਼੍ਰੀ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਣਾ ਹੈ। ਉਹਨਾਂ ਦਾ ਨਾਮ ਪਦਮ ਸ਼੍ਰੀ ਜਿਹੜੇ ਪੰਜਾਬ ਦੇ ਚੁਣੇ ਗਏ ਨੇ, ਜਿਨ੍ਹਾਂ ਦਾ ਨਾਮ ਲਿਸਟ 'ਚ ਪਾਇਆ ਗਿਆ, ਉਹਨਾਂ 'ਚ ਪ੍ਰਾਣ ਸੱਭਰਵਾਲ ਵੀ ਨੇ। ਮੈਂ ਖੁਦ ਪ੍ਰਾਣ ਸੱਭਰਵਾਲ ਜੀ ਦੇ ਨਾਲ ਮੌਜੂਦ ਹਾਂ। ਉਹਨਾਂ ਦੀ ਰੰਗ ਮੰਚ ਦੀ ਜ਼ਿੰਦਗੀ ਕਿਵੇਂ ਸ਼ੁਰੂ ਹੋਈ, ਜ਼ਿੰਦਗੀ ਨਿੱਜੀ ਜ਼ਿੰਦਗੀ ਸੀ ਜਿਹੜੀ, ਉਹਦੇ ਕੀ ਤਜ਼ਰਬੇ ਰਹੇ, ਉਹਨਾਂ ਨਾਲ ਖੁਦ ਗੱਲਬਾਤ ਕਰਾਂਗੇ ਨਿਊਜ਼ 18 ਦੇ ਦਰਸ਼ਕਾਂ ਦੇ ਲਈ। ਸੱਭਰਵਾਲ ਜੀ, ਨਿਊਜ਼ 18 'ਤੇ ਤੁਹਾਡਾ ਸਵਾਗਤ ਹੈ, ਅਤੇ ਸਭ ਤੋਂ ਪਹਿਲਾਂ ਮੁਬਾਰਕਾਂ ਕਿ ਤੁਸੀਂ ਪਦਮ ਸ਼੍ਰੀ ਦੇ ਲਈ, ਜਿਹੜੇ ਤੁਸੀਂ ਬਾਬਾ ਬੋਹੜੋਂ ਰੰਗ ਮੰਚ ਦੇ ਪੰਜਾਬ ਦੇ, ਉਸ ਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਮਨੋਜ ਜੀ, ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਦਰਸ਼ਕਾਂ ਨੂੰ ਜੀਆਂ ਵੀ ਕਹਿੰਦਾ, ਔਰ ਨਾਲ ਮੈਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਜਿਸ ਤਰ੍ਹਾਂ ਮਨੋਜ ਜੀ ਨੇ ਸਵਾਲ ਕੀਤਾ ਕਿ ਇਹਦਾ ਪਿਛੋਕੜ ਕਿਸ ਤਰ੍ਹਾਂ ਸ਼ੁਰੂ ਹੋਇਆ, ਰੰਗਮੰਚ ਦੀ ਲਹਿਰ 'ਚ ਕਿਸ ਤਰ੍ਹਾਂ ਸ਼ਾਮਿਲ ਹੋਏ, ਉਹਦੇ ਕੋਲ ਮੈਂ ਦੱਸਣਾ ਚਾਹੁੰਦਾ। ਸੂਲਾਂ ਜਾਮੀਆਂ ਦੇ ਮੂੰਹ ਤਿੱਖੇ, ਮੈਂ 5 ਸਾਲ ਦਾ ਸੀ। ਸਾਡੀ ਧਾਰਮਿਕ ਪਰਿਵਾਰ ਸੀ, ਪਿਤਾ ਜੀ ਦੀ ਨਾਂ ਉਂਗਲੀ ਫੜ ਕੇ ਕੀਰਤਨ ਚੱਲ ਜਾਣਾ, ਉਹਨਾਂ ਨੇ ਇੱਕ ਮੰਡਲੀ ਬਣਾਈ ਸੀ। ਜਲੰਧਰ ਦਾ ਮੇਰਾ ਜੰਪਲ ਹੈ, ਸ਼੍ਰੀ ਹਰੀਨਾਮ ਸੰਕੀਰਤਨ ਮੰਡਲੀ ਸੀ, ਅਤੇ ਜਦ ਕੀਰਤਨ 'ਚ ਮੈਂ ਜਾਣਾ, ਮੈਨੂੰ ਇੰਨਾ ਕੁ ਯਾਦ ਹੈ, ਮੇਰੇ ਮੁੰਡੇ ਨੇ ਸੀ ਹੋਏ, ਮੈਂ ਗੁੱਤਕ ਹੁੰਦੀ ਸੀ ਮੇਰੀ, ਮੈਨੂੰ ਚੌੜਾ ਜਿਹਾ ਯਾਦ ਹੈ, 5-6 ਸਾਲ ਦਾ ਹੋਊਗਾ। ਜਿਸ ਵੇਲੇ ਨਾ ਉਹਦੀ ਮੰਦਰ ਦੇ ਵਿੱਚ ਭਗਤਾਂ ਦੇ ਵਿੱਚ ਧੁਨੀ ਲੱਗਣੀ, ਹੁਣ ਧੁਨੀ ਕਹਿੰਦੇ ਸੀ ਜਿਹੜਾ ਭਜਨ ਦਾ ਕਲਾਈਮੈਕਸ ਹੋਣਾ ਜਦੋਂ ਸ਼ਿਖਰ, ਅਤੇ ਮੈਂ ਉੱਠ ਕੇ ਆਪ ਮੁਹਾਰਾ ਹੀ ਨੱਚਣ ਲੱਗ ਪੈਂਦਾ ਸੀ। ਭਗਤਾਂ ਨੇ ਜ਼ੋਰਦਾਰ ਤਾਲੀਆਂ ਵਜਾਉਣ ਲੱਗ ਪੈਣੀਆਂ ਜੋਸ਼ 'ਚ, ਉਦੋਂ ਤੋਂ ਹੀ ਮੇਰਾ ਕਲਾਕਾਰ ਔਰ ਦਰਸ਼ਕ ਦਾ ਸੰਬੰਧ ਬਣਨਾ ਸ਼ੁਰੂ ਹੋ ਗਿਆ। ਔਰ ਮੈਨੂੰ ਇੰਨਾ ਖੁਸ਼ ਹੋਈ ਮਹਿਸੂਸ ਹੋਈ
ਮੈਨੂੰ ਤਾਕਤ ਮਿਲੀ, ਮੇਰਾ ਕੌਨਫੀਡੈਂਸ ਬਣਿਆ ਬੱਚੇ ਦਾ, ਔਰ ਉਹ ਮੇਰੇ ਕੋਲ ਸਾਰੀ ਜ਼ਿੰਦਗੀ ਉਹੀ ਮੇਰੇ ਕੋਲ ਕੰਮ ਕਰ ਰਿਹਾ ਹੈ। ਕਿਉਂਕਿ ਪਬਲਿਕ ਅਪੀਅਰੈਂਸ ਦੀ ਖਾਹਿਸ਼ 5 ਸਾਲ ਤੋਂ ਸ਼ੁਰੂ ਹੋ ਗਈ, ਲੋਕਾਂ ਤੋਂ ਐਪਰੀਸੀਏਸ਼ਨ ਮਿਲਦੀ ਸੀ, ਉਹ ਮੇਰੀ ਖੁਰਾਕ ਬਣ ਗਈ। ਉਦੋਂ ਤੁਸੀਂ ਦੇਖੋ 5 ਸਾਲ ਦਾ 6 ਸਾਲ ਦਾ ਬੱਚਾ ਸਕੂਲ 'ਚ ਗਿਆ, ਉੱਥੇ ਵੀ ਸਾਨੂੰ ਰਿਹਾ ਨਹੀਂ ਸੀ ਜਾਂਦਾ। ਪਹਿਲ ਕਦਮੀ ਇਨੀਸ਼ੀਏਟਿਵ ਲੈਣਾ ਹਰ ਕੰਮ ਦੇ ਵਿੱਚ। ਮੈਂ ਮੇਰਾ ਖਿਆਲ 7 ਸਾਲ ਦਾ ਹੋਊਂਗਾ, 7ਵੀਂ ਜਮਾਤ 'ਚ ਪੜ੍ਹਦਾ ਸੀ, ਅਤੇ ਉੱਥੇ ਉਹਨਾਂ ਨੇ ਐਲਾਨ ਕੀਤਾ ਕਿ ਵੀ ਕੱਲ੍ਹ ਨੂੰ ਕਿਸੇ ਨੇ ਸਪੀਚ ਕਰਨੀ ਹੋਵੇ ਬੱਚੇ ਨੇ, ਕਿਸੇ ਨੇ ਕੋਈ ਡਿਬੇਟ 'ਚ ਹਿੱਸਾ ਲੈਣਾ ਹੋਵੇ ਤਾਂ ਉਹ ਆਪਣੇ ਨਾਮ ਲਿਖਵਾ ਦਿਓ। ਮੈਂ ਹੱਥ ਖੜ੍ਹਾ ਕਰਤਾ। ਮੇਰਾ ਟੀਚਰ ਕਹਿੰਦਾ, ਯਾਰ ਤੇਰੇ ਕੋਲ ਰਿਹਰਸਲ ਨਹੀਂ, ਤੇਰੇ ਕੋਲ ਕੁਛ ਟੈਕਸ ਨਹੀਂ, ਤੇਰੇ ਕੋਲ ਮਜ਼ਮੂਨ ਨਹੀਂ, ਅਤੇ ਸਵੇਰੇ ਪ੍ਰੋਗਰਾਮ ਕੀ ਕਰੇਗਾ? ਮੈਂ ਕਿਹਾ, ਸਰ ਸਭ ਕੁਛ ਹੋ ਜਾਏਗਾ। ਘਰ ਆਇਆ, ਫੁੱਲ ਅਪਲਾਈ ਕੀਤੀ ਧਾਰਮਿਕ ਘਰ ਸੀ, ਇੱਕ ਕਿਤਾਬ ਕੱਢੀ ਭਗਤੀ ਕਿਆ ਹੈ, ਉਹਦਾ ਜਿਹੜਾ ਐਡੀਟੋਰੀਅਲ ਜਾਂ ਪ੍ਰੀਫੇਸ ਸੀ ਆ ਮੁੱਖ ਬੰਦ, ਲਓ ਜੀ ਮੈਂ ਉਹ ਕੋਟਾ ਲਾ ਲਿਆ। ਜਿਹਦੇ ਦਿਨ ਜਦ ਮੈਂ ਬੋਲਿਆ ਅਤੇ ਇੰਨੀਆਂ ਤਾਲੀਆਂ ਵੱਜੀਆਂ, ਸਾਡਾ ਹੈੱਡਮਾਸਟਰ ਸਾਹਿਬ ਪ੍ਰੇਮਚੰਦ ਮਾਰਕੰਡਾ ਸੀਗੇ, ਉਹ ਆ ਕੇ ਦਰਦਰ ਜਫੀ ਪਾ ਲਈ ਬੱਚੇ ਨੂੰ, ਕਹਿੰਦੇ ਮੇਰੇ ਸਿਰ 'ਤੇ ਹੱਥ ਫੇਰਿਆ, ਕਹਿੰਦੇ ਬੱਚੇ ਤੂੰ ਬਹੁਤ ਤਰੱਕੀ ਕਰੇਗਾ। ਕਾਲਜ 'ਚ ਵੀ ਮੇਰਾ ਇਹ ਸੀ ਕਿ ਲੋਕਾਂ ਦੀ ਨਜ਼ਰ, ਟੀਚਰ ਜਿਹੜਾ ਕਲਚਰ ਦਾ ਇੰਚਾਰਜ ਸੀਗਾ, ਉਹਨੂੰ ਕੁਛ ਪਤਾ ਸੀ ਕਿ ਮੈਂ ਇਹੋ ਜਿਹੇ ਕੰਮਾਂ 'ਚ ਹਿੱਸਾ ਲੈ ਸਕਦਾ, ਅਤੇ ਉਹਨੇ, ਤੁਸੀਂ ਇਹ ਦੇਖੋ, ਜੀ ਐਸ ਰਣਧੀਰ ਹੁੰਦੇ ਸੀ ਪ੍ਰੋਫੈਸਰ, ਕਹਿੰਦੇ ਸਭਰਵਾਲ ਡਰਾਮਾ ਕਰਨਾ ਹੈਗਾ, ਗਵਰਨਰ ਨੇ ਆਉਣਾ, ਮਗਰ ਤੂੰ ਮੇਨ ਪਾਰਟ ਕਰਨਾ। ਮਾਂ ਨੋਰਾ ਰਿਚਰਡ, ਸਾਨੂੰ ਤਾਂ ਪਤਾ ਨਹੀਂ ਸੀ ਕੌਣ ਹੁੰਦੀ ਹੈ, ਉਹ ਪੰਜਾਬੀ ਡਰਾਮੇ ਦੀ ਮਾਂ, ਉਹਦਾ ਜਿਹੜਾ ਮੁੱਖ ਸ਼ਾਗਿਰਦ ਹੈ ਪ੍ਰੋਫੈਸਰ ਆਈ ਸੀ ਨੰਦਾ, ਉਹਦਾ ਨਾਟਕ ਹੈ ਬੇਈਮਾਨ। ਲਓ ਜੀ, ਉਹ ਮੇਰਾ ਪਹਿਲਾ ਨਾਟਕ ਸੀ, ਸ਼ਾਬਾਸ਼ ਮਿਲੀ, ਔਰ ਮੈਨੂੰ ਇੱਕ ਕਾਲਜ ਕਲਰ ਹੁੰਦਾ ਉਹ ਵੀ ਮਿਲਿਆ। ਉੱਥੇ ਫਿਰ ਰੇਡੀਓ ਸਟੇਸ਼ਨ ਵਾਲੇ ਬੰਦੇ ਆਏ ਸੀ, ਪ੍ਰੋਫੈਸਰ ਰਣਧੀਰ ਸਾਡਾ ਰੇਡੀਓ ਵਾਸਤੇ ਕੋਈ ਲਿਖਦਾ ਹੁੰਦਾ ਸੀ ਸਕ੍ਰਿਪਟਾਂ, ਅਤੇ ਉਹ ਕਹਿਣ ਲੱਗੇ ਪ੍ਰੋਫੈਸਰ ਸਾਹਿਬ ਨੂੰ, ਪ੍ਰੋਫੈਸਰ ਪ੍ਰਾਣ ਸਭਰਵਾਲ ਨੂੰ ਰੇਡੀਓ ਵਾਲੇ ਭੇਜੋ। ਮੈਂ ਕਿਹਾ ਜੀ ਮੈਨੂੰ ਹੋਰ ਕੀ ਚਾਹੀਦਾ? ਉਹਨਾਂ ਨੇ ਕਿਹਾ ਆਡੀਸ਼ਨ ਕਰੋ ਇਹਦੀ। ਕਹਿੰਦੇ ਜੀ ਆਡੀਸ਼ਨ ਇਸਤੇ ਦੇਖ ਲਿਆ, ਇਹਦੀ ਆਡੀਸ਼ਨ ਦੀ ਲੋੜ ਨਹੀਂ। ਪਰ ਰਸਮੀ ਤੌਰ 'ਤੇ ਮੇਰੀ ਆਡੀਸ਼ਨ ਵੀ ਹੋਈ 1952 'ਚ। ਮੈਂ ਰੇਡੀਓ ਦਾ ਆਰਟਿਸਟ ਹੋ ਗਿਆ, ਔਰ ਏ ਕਲਾਸ ਆਰਟਿਸਟ ਬਾਅਦ 'ਚ ਉਹਨੇ ਮੈਨੂੰ ਅਨਾਊਂਸ ਕਰਤਾ। ਇਸੇ ਤਰ੍ਹਾਂ ਟੈਲੀਵਿਜ਼ਨ 'ਚ ਵੀ ਜਿਹੜਾ ਆਦਮੀ ਰੇਡੀਓ 'ਚ ਪਾਸ ਆ ਉਹਦੀ ਆਡੀਸ਼ਨ ਨਹੀਂ ਹੁੰਦੀ ਟੈਲੀਵਿਜ਼ਨ ਲਈ। ਜਦ ਜਲੰਧਰ 'ਚ ਟੈਲੀਵਿਜ਼ਨ ਬਣਿਆ ਉਦੋਂ ਵੀ ਮੈਨੂੰ ਉਹਨਾਂ ਨੇ ਏ ਕਲਾਸ ਆਰਟਿਸਟ ਸੀ, ਮੈਨੂੰ ਡਰਾਮਿਆਂ 'ਚ ਪਾਰਟ ਮਿਲਣਾ ਸ਼ੁਰੂ ਹੋ ਗਿਆ। ਕਸ਼ਮੀਰੀ ਜਿਹੜੇ ਲੋਕ ਸੀ ਜਦੋਂ ਅਫਸਰ ਆਉਂਦੇ ਸੀ ਟੈਲੀਵਿਜ਼ਨ 'ਤੇ, ਉਹ ਮੈਨੂੰ ਹੀ ਮੁੰਤਖਬ ਕਰਦੇ ਸੀ ਕਿਉਂਕਿ ਮੇਰੀ ਪਹਿਲੀ ਜ਼ੁਬਾਨ ਉਰਦੂ ਸੀ। ਰੇਡੀਓ ਦੇ ਵਿੱਚ ਤੁਸੀਂ ਅੰਦਾਜ਼ਾ ਲਾਓ, ਮੈਂ 500 ਡਰਾਮੇ ਕੀਤੇ ਹੋ ਗਏ, ਅਜੇ ਤੱਕ ਵੀ ਮੈਨੂੰ ਉਹ, ਮੈਨੂੰ ਉਹਨੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਦਿੱਤਾ ਪ੍ਰਸਾਰ ਭਾਰਤੀ ਵੱਲੋਂ ਵਰਲਡ ਥੀਏਟਰ ਡੇ 'ਤੇ। ਪ੍ਰਾਣ ਜੀ, ਨਾਟਕਾਂ ਦੀ ਜੇ ਆਪਾਂ ਗੱਲ ਕਰੀਏ ਕਿ ਕਈ ਦਹਾਕੇ ਹੋ ਗਏ, ਤੁਸੀਂ 94 ਸਾਲ ਦੇ ਹੋ ਗਏ, ਅਤੇ ਜੇ ਗੱਲ ਕਰੀਏ ਵੀ 70 ਸਾਲ ਤੁਸੀਂ ਰੰਗ ਮੰਚ ਨੂੰ ਦਿੱਤੇ ਨੇ, ਉਹ ਰੰਗ ਮੰਚ ਅਤੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਰੰਗ ਮੰਚ ਹੈ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ? ਅਜੋਕੇ ਕਲਾਕਾਰਾਂ ਨੂੰ ਜਾਂ ਜਿਹੜੀ ਤੁਹਾਡੀ ਮਿਹਨਤ ਹੈ ਉਹਨੂੰ ਹੁਣ ਜਿਸ ਤਰ੍ਹਾਂ ਸਰਕਾਰ ਨੇ
ਮਾਣ ਸਨਮਾਨ ਦਿੱਤਾ, ਪੂਰੇ ਨਜ਼ਰੀਆ ਤੁਹਾਡਾ ਕੀ ਉਹਦੇ ਬਾਰੇ? ਦੇਖੋ ਜੀ, ਪਹਿਲੋਂ ਡਰਾਮੇ ਜਦੋਂ ਹੁੰਦੇ ਸੀਗੇ ਉਹ ਸਭ ਕੁਛ ਹੁੰਦੇ ਸੀ, ਕਿਉਂ ਉਹਨਾਂ ਵਕਤਾਂ ਦੇ ਵਿੱਚ ਨਾ ਤਾਂ ਟੈਲੀਵਿਜ਼ਨ ਸੀ, ਰੇਡੀਓ ਇੱਕ ਹੁੰਦਾ ਸੀ ਸਾਧਨ, ਲੋਕ ਸੜਕਾਂ 'ਤੇ ਸੁਣ ਕੇ ਰੇਡੀਓ ਸੁਣਦੇ ਹੁੰਦੇ ਸੀ। ਨਾਟਕਾਂ ਦਾ ਬਹੁਤ ਜ਼ੋਰ ਸੀ, ਨਾਟਕਾਂ ਦੀ ਬੜੀ ਇੱਜ਼ਤ ਸੀ, ਬੜੇ ਬੜੇ ਲੋਕਾਂ ਨੇ ਆ ਕੇ ਭੀੜ ਦੇ ਵਿੱਚ ਨਾਟਕ ਦੇਖੇ, ਔਰ ਉਹਨਾਂ ਦਿਨਾਂ 'ਚ ਵੀ ਆਰਟਿਸਟਾਂ ਨੂੰ ਕਦਰ ਸੀ ਔਰ ਹੁਣ ਵੀ ਕਦਰ ਹੈ। ਹੁਣ ਸਿਰਫ ਫਰਨਾ ਫਰਕ ਹੈ ਕਿ ਹੁਣ ਟ੍ਰੇਨਿੰਗ ਹੋਣ ਲੱਗ ਪਈ, ਨੈਸ਼ਨਲ ਸਕੂਲ ਆਫ ਡਰਾਮਾ ਸ਼ੁਰੂ ਹੋ ਗਿਆ, ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਡਿਪਾਰਟਮੈਂਟ ਆਫ ਡਰਾਮਾ ਹੈ। ਇਹ ਮੈਨੂੰ ਮੌਕਾ ਮਿਲਿਆ ਸੀ 1967 'ਚ, ਇੱਥੇ ਸਪੀਚ ਐਂਡ ਡਰਾਮਾ ਡਿਪਾਰਟਮੈਂਟ ਬਣਿਆ ਸੀ, ਤਾਂ ਵਾਈਸ ਚਾਂਸਲਰ ਨੇ ਕਿਤੇ ਮੈਨੂੰ ਸਜੈਕਟ ਕਰ ਲਿਆ, ਮੈਂ ਵੀ ਉੱਥੇ 3 ਸਾਲ ਉਹਨਾਂ ਨੂੰ ਡਰਾਮਾ ਪੜ੍ਹਾਇਆ। ਸੁਨੀਤਾ ਸੱਭਰਵਾਲ ਮੇਰੀ ਵਾਈਫ ਜਿਹੜੀ ਹੈ ਉਹਨੇ ਵੀ ਉੱਥੋਂ ਡਿਪਲੋਮਾ ਫਸਟ ਬੈਚ 'ਚ ਮੈਰਿਟ 'ਚ ਕੀਤਾ। ਤੁਸੀਂ ਹੈਰਾਨ ਹੋਵੋਗੇ, ਹਾਸੇ ਦੀ ਗੱਲ ਹੈ ਕਿ ਮੈਂ ਉੱਥੇ ਡਰਾਮਾ ਪੜ੍ਹਾਉਂਦਾ ਸੀ, ਮੈਂ ਉਸਤਾਦ ਸੀ, ਉਹ ਸ਼ਗਿਰਦ ਸੀ। ਲੋਕ ਕਹਿੰਦੇ ਚੰਗਾ ਉਸਤਾਦ ਨਿਕਲਿਆ, ਸ਼ਗਿਰਦ ਹੀ ਲਿਆ ਉੜਿਆ। ਮੈਂ ਕਿਹਾ ਨਹੀਂ ਭਰਾ, ਮੇਰਾ ਤਾਂ ਵਿਆਹ ਪਹਿਲਾਂ ਦਾ ਹੋਇਆ ਸੀਗਾ। ਸੋ ਹੁਣ ਟੈਕਨੀਕ ਆ ਗਈ ਹੈ, ਮਗਰ ਮੈਂ ਤੁਹਾਨੂੰ ਇਹ ਮਹਿਸੂਸ ਕਰਦਾ ਸਾਡੀ ਭਾਰਤੀ ਰੰਗਮੰਚ ਜਿਹੜੀ ਕਿਤਾਬ ਹੈ ਭਰਤ ਮੁਨੀ ਦੀ, ਉਹ 'ਚ ਵੀ ਦੱਸਿਆ ਕਿ ਐਕਟਰ ਬਣਾਇਆ ਨਹੀਂ ਜਾਂਦਾ, ਐਕਟਰ ਜੰਮਿਆ ਹੀ ਹੁੰਦਾ, ਜਮਾਂਦਰੂ ਹੀ ਐਕਟਰ ਹੁੰਦਾ। ਸਿਰਫ ਉਹਨੂੰ ਫਾਇਦਾ ਕਿ ਹੁਣ ਟ੍ਰੇਨਿੰਗ ਆ ਗਈ ਹੈ, ਉਹ ਜੋ ਤਜੁਰਬਾਤ ਸਾਡੇ ਬਜ਼ੁਰਗਾਂ ਦੇ ਅੱਛੇ ਕਿਰਦਾਰਾਂ ਦੇ ਡਾਇਰੈਕਟਰਾਂ ਦੇ ਹੈਗੇ, ਉਹਦੀਆਂ ਕਿਤਾਬਾਂ ਛਪ ਗਈਆਂ। ਸਟਾਨਿਸਲਾਵਸਕੀ ਦੀ ਲੋਕ ਕਿਤਾਬ ਪੜ੍ਹਦੇ ਹੈ, ਰਸ਼ੀਆ ਦਾ ਜਿਹੜਾ ਸੀ, ਸਾਡੇ ਭਰਤ ਮੁਨੀ ਦਾ ਨਟ ਸ਼ਾਸਤਰ ਹੈ ਜਿਹੜਾ ਵਰਲਡ ਦੇ ਵਿੱਚ ਸਾਰਾ ਗਿਆ। ਸਰ, ਪੰਜਾਬ ਸੱਭਰਵਾਲ ਸਾਹਿਬ, ਪੰਜਾਬ ਨੂੰ ਕਿੱਥੇ ਦੇਖਦੇ ਹੋ? ਪੰਜਾਬ ਨੇ ਬਹੁਤ ਵਧੀਆ ਕਲਾਕਾਰ ਦਿੱਤੇ ਨੇ, ਲੇਖਕ ਦਿੱਤੇ ਨੇ, ਅਭਿਨੇਤਾ ਦਿੱਤੇ ਨੇ, ਹਾਲੀਵੁੱਡ ਤੱਕ ਜਿਹੜੇ ਪੰਜਾਬ ਦੇ ਕਲਾਕਾਰਾਂ ਨੇ ਉਹਨਾਂ ਨੇ ਆਪਦੀ ਕਲਾ ਦਾ ਲੋਹਾ ਮਨਵਾਇਆ। ਤੁਸੀਂ ਹੁਣ ਉਮਰ ਦੇ ਇਸ ਪੜਾਅ 'ਤੇ ਵੀ ਰੰਗਮੰਚ ਨਾਲ ਜੁੜੇ ਹੋਏ ਹੋ, ਅਸੀਂ ਅਕਸਰ ਦੇਖਦੇ ਹਾਂ ਕਿ ਤੁਸੀਂ ਡਾਇਰੈਕਸ਼ਨ ਵੀ ਦੇ ਰਹੇ ਹੋ ਅਤੇ ਐਜ਼ ਏ ਕਲਾਕਾਰ ਵੀ ਰਿਹਰਸਲ 'ਚ ਜਾਂ ਨਾਟਕਾਂ 'ਚ ਸਾਨੂੰ ਨਜ਼ਰ ਆਉਂਦੇ ਹੋ। ਅਜੋਕੇ ਸਮੇਂ 'ਚ ਜਿਹੜੀ ਨਵੀਂ ਪੀੜ੍ਹੀ ਹੈ ਉਹ ਰੰਗਮੰਚ ਤੋਂ ਲੱਗਦਾ ਵੀ ਦੂਰ ਹੁੰਦੀ ਜਾ ਰਹੀ ਹੈ, ਕਿਉਂਕਿ ਮੋਬਾਈਲ ਦਾ ਯੁੱਗ ਆ ਗਿਆ, ਸੋਸ਼ਲ ਮੀਡੀਆ ਦਾ ਯੁੱਗ ਆ ਗਿਆ, ਟੀਵੀ ਸੀਰੀਅਲ 'ਚ ਸਿੱਧੇ ਟੈਲੀਵਿਜ਼ਨ 'ਤੇ ਆ ਰਹੇ ਨੇ, ਅਤੇ ਰੰਗਮੰਚ ਉੱਥੇ ਆਪਦੇ ਆਪ ਨੂੰ ਕਿੱਥੇ ਸਟੈਂਡ ਕਰਦਾ? ਦੇਖੋ ਜੀ, ਗੱਲ ਇਹ ਹੈ, ਜਿਹੜਾ ਬੰਦਾ ਥੀਏਟਰ ਕਰਦਾ ਨਾ, ਉਹਦਾ ਮਿਸ਼ਨ ਫਿਲਮ ਹੁੰਦੀ ਹੈ। ਉਹ ਕਹਿੰਦਾ ਫਿਲਮ ਕਿਉਂ, ਫਿਲਮਾਂ ਦੀ ਚਮਕ ਦਮਕ ਔਰ ਜੋ ਬਹੁਤ ਸਾਰੇ ਪੈਸੇ ਮਿਲਦੇ ਲੱਗਦੇ ਹੈ, ਸ਼ੋਹਰਤ ਮਿਲਦੀ ਹੈ, ਥੀਏਟਰ 500-1000 ਆਦਮੀ ਵੀ ਦੇਖਦਾ, ਇਹ ਸੀਮਤ ਜਿਹਾ ਲੱਗਦਾ। ਮਗਰ ਫਿਲਮ ਜਿਹੜੀ ਹੈ ਉਹ ਤਾਂ ਹਜ਼ਾਰਾਂ ਕਰੋੜਾਂ ਬੰਦਿਆਂ 'ਚ ਬਾਹਰਲੇ ਮੁਲਕ 'ਚ ਵੀ ਫਿਲਮ ਨੇ ਜਾਣਾ ਹੋਇਆ ਜੀ, ਤਾਂ ਜਿਹੜਾ ਆਰਟਿਸਟ ਹੈ ਥੀਏਟਰ ਲਈ ਇਹਨੂੰ ਬੰਨਣਾ, ਬੰਨ ਕੇ ਰੱਖਣਾ ਪੈਂਦਾ, ਇਹਦਾ ਧਿਆਨ ਤਾਂ ਉੱਧਰ ਹੈ। ਅਤੇ ਤੁਸੀਂ ਕਦੇ ਇਹ ਸੋਚਿਆ ਵੀ ਬੰਬੇ ਜਾਵਾਂ? ਪਿਛਲੇ ਸਮੇਂ ਦੀ ਜੇ ਗੱਲ ਕਰੀਏ, 10-15 ਸਾਲਾਂ ਦਾ ਜੇ ਤੁਹਾਡਾ ਰੰਗਮੰਚ ਦਾ ਜੀਵਨ ਦੇਖਿਆ, ਕੋਈ ਔਫਰ ਆਈਆਂ ਹੋਣਗੀਆਂ? ਕਿਉਂਕਿ ਨਾਟਕਾਂ 'ਚ, ਟੀਵੀ 'ਤੇ ਤੁਸੀਂ ਆਉਂਦੇ ਰਹਿੰਦੇ ਹੋ, ਕਦੇ ਬਾਲੀਵੁੱਡ ਬਾਰੇ ਵੀ ਸੋਚਿਆ ਜਾਂ ਪੰਜਾਬੀ ਫਿਲਮਾਂ ਦੇ ਬਾਰੇ? ਮੈਨੂੰ ਖੁਸ਼ੀ ਹੈ ਕਿ ਅਵਾਰਡ ਵਿਨਿੰਗ ਨੈਸ਼ਨਲ ਅਵਾਰਡ ਜਿਹੜਾ ਮਿਲਿਆ ਫਿਲਮਾਂ ਨੂੰ, ਉਹ 3 ਫਿਲਮਾਂ 'ਚ ਵੀ ਮੈਂ ਕੰਮ ਕੀਤਾ ਜੀ, 4 ਫਿਲਮ, 4 ਪਰਦੇਸੀ ਜੀ, ਪੰਜਾਬੀ ਰੰਗਮੰਚ ਇਤਿਹਾਸ 'ਚ ਸਿਰਮੌਰ ਫਿਲਮ ਜਿਹੜੀ ਆਏਗੀ ਇਤਿਹਾਸ ਦੇ ਵਿੱਚ ਜੀ, ਉਹਦੇ 'ਚ ਵੀ ਮੈਂ ਹੈਗਾ। ਆਹ ਜਿਹੜੀ ਸੀਗੀ ਮੜੀ ਦਾ ਦੀਵਾ, ਇਹ 'ਚ ਮੈਨੂੰ ਮੌਕਾ ਮਿਲਿਆ, ਤੋ
ਇਹ ਜਿਹੜਾ ਸੀਗਾ ਸ਼ਹੀਦ ਊਧਮ ਸਿੰਘ 'ਚ, ਇਹਦੇ 'ਚ ਵੀ ਮੈਂ ਹੈਗਾ। ਰਾਜ ਬੱਬਰ ਦੀਆਂ ਤਿੰਨੇ ਫਿਲਮਾਂ 'ਚ ਮੈਂ ਇਹਨਾਂ 'ਚ। ਇੱਕ ਸੋਪਤੀ ਨੇ ਬਣਾਈ ਸੀਗੀ ਫਿਲਮ ਵੈਰੀ ਜੱਟ, ਉਹ ਪਹਿਲੀ ਸਿਨੇਮਾ ਸਕੋਪ ਫਿਲਮ ਸੀ। ਮੈਂ ਕਾਲਜ ਜਿੱਥੇ ਡਰਾਮਾ ਸਿਖਾਉਂਦਾ ਸੀ, ਪੜ੍ਹਾਉਂਦਾ ਸੀ, ਸਾਡੇ ਹੈੱਡ ਸੀਗੇ ਬੜਾ ਵੱਡਾ ਮਸ਼ਹੂਰ ਰਾਈਟਰ ਡਾਕਟਰ ਹਰਚਰਨ ਸਿੰਘ, ਉਹਦੀ ਪਹਿਲੀ ਫਿਲਮ ਸਰਦਾਰਾ ਕਰਤਾਰਾ, ਲਾਟਾ ਉਹਦਾ ਬੇਟਾ ਡਾਇਰੈਕਟਰ ਹੈ ਹੁਣ ਬੜਾ ਮਸ਼ਹੂਰ ਆ ਉਹ, ਉਦੋਂ ਅਸੀਂ ਉਹਨੂੰ ਡਰਾਮੇ 'ਚ ਵੀ ਪਹਿਲੀ ਲਿਖਤਾ। ਉਹ ਕਹਿੰਦਾ ਜੀ ਪ੍ਰਾਣ ਸਭਰਵਾਲ ਸਰ, ਤੁਸੀਂ ਮੇਰੇ ਪਹਿਲੇ ਗੁਰੂ ਹੋ। ਉਹ ਅਜੇ ਵੀ ਉਹ ਫਿਲਮ ਦੇ ਵਿੱਚ ਮੈਨੂੰ ਇਹਨਾਂ ਨੇ ਬੜਾ ਅਹਿਮ ਕਿਰਦਾਰ ਵੀ ਦਿੱਤਾ। ਮੈਂ ਥਰੂ ਆਊਟ ਫਿਲਮ 'ਚ ਮੈਂ ਸਰਦਾਰਾ ਕਰਤਾਰਾ ਦਾ ਬਾਪ ਬਣਦਾ। ਤੁਹਾਨੂੰ 26 ਜਨਵਰੀ ਨੂੰ ਵੀ ਸਨਮਾਨਿਤ ਕੀਤਾ ਗਿਆ ਪੰਜਾਬ ਸਰਕਾਰ ਦੇ ਵੱਲੋਂ, ਅਤੇ ਹੁਣ ਪਦਮ ਸ਼੍ਰੀ ਮਿਲਿਆ। ਕੀ ਸਰਕਾਰਾਂ ਦੇ ਵੱਲੋਂ ਜਿਹੜਾ ਮਾਣ ਸਨਮਾਨ ਮਿਲ ਰਿਹਾ, ਇੱਕ ਵਧੀਆ ਸੰਦੇਸ਼ ਹੈ ਕਿ ਤੁਹਾਡੇ ਵਰਗੇ ਜਿਹੜੇ ਰੰਗ ਮੰਚ ਦੇ ਪੁਰਾਣੇ ਕਲਾਕਾਰ ਨੇ, ਬਾਬਾ ਬੋੜ ਨੇਗੇ, ਉਹਨਾਂ ਨੂੰ ਇਸ ਤਰ੍ਹਾਂ ਸਰਕਾਰਾਂ ਨੇ ਸਨਮਾਨ ਦਿੱਤਾ, ਇੱਕ ਕਲਾਕਾਰ ਦੀ ਆਪਾਂ ਕਹਿ ਸਕਦੇ ਕਿ ਕਦਰ ਪਾਈ ਹੈ। ਪੰਜਾਬ ਸਰਕਾਰ ਨੇ ਵੀ ਤੁਹਾਨੂੰ ਸਨਮਾਨਿਤ ਕੀਤਾ, ਅਤੇ ਹੁਣ ਉਸ ਤੋਂ ਬਾਅਦ ਤੁਹਾਨੂੰ ਪਦਮ ਸ਼੍ਰੀ ਮਿਲਿਆ, ਕੀ ਕਹਿਣਾ ਚਾਹੋਗੇ? ਦੇਖੋ ਜੀ, ਮੈਂ ਪੰਜਾਬ ਸਰਕਾਰ, ਇਹ ਖੁਦ ਮੁੱਖ ਮੰਤਰੀ ਇਹ ਕਲਾਕਾਰ ਹੈ, ਇਹਨੇ ਮੈਨੂੰ ਆਉਂਦੇ ਸਾਰ ਹੀ ਮੇਰਾ ਖਿਆਲ ਹੈ 2022 ਦੇ ਵਿੱਚ ਸਟੇਟ ਅਵਾਰਡ ਦਿੱਤਾ ਸੀ। ਹੁਣ ਪਰਸੋਂ 26 ਜਨਵਰੀ ਨੂੰ ਮੈਂ ਖੁਸ਼ਕਿਸਮਤ ਸਮਝਦਾ ਕਿ ਗਵਰਨਰ ਸਾਹਿਬ ਦੇ ਹੱਥੋਂ ਮੈਨੂੰ ਇਹ ਸਟੇਟ ਲੈਵਲ ਦਾ ਫੰਕਸ਼ਨ ਸੀ, ਸਟੇਟ ਲੈਵਲ ਦਾ ਅਵਾਰਡ ਜਿਹੜਾ ਦਿੱਤਾ। ਮੈਂ ਕਹਿੰਦਾ ਜਿਸ ਤਰਫ ਕਿਸੇ ਨੇ ਦੇਖਾ ਨਾ ਸਾ, ਦੇਖਾ ਤਾਂ ਹੈ, ਉਹ ਮੈਨੂੰ ਭਾਰਤ ਸਰਕਾਰ ਨੇ ਕਿੱਥੋਂ ਦੇਖਿਆ, ਕਿੱਥੋਂ ਚੁਣਿਆ, ਕਿਹੜੀ ਕਮੇਟੀ ਹੈ? ਇੱਥੇ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਬੈਠਾ ਕਦਰਦਾਨ, ਉੱਪਰੋਂ ਮੋਦੀ ਨੇ ਸਾਨੂੰ ਸ਼ਿਕਾਇਤ ਕਮੇਟੀਆਂ ਚੁਣਦੀਆਂ, ਮਗਰ ਕਮੇਟੀਆਂ ਨਹੀਂ ਹੈ ਭਾਰਤ ਸਰਕਾਰ ਦੀਆਂ। ਤਾਂ ਮੈਨੂੰ ਤਾਂ ਖੁਸ਼ਕਿਸਮਤੀ ਹੈ। ਕਈ ਲੋਕ ਕਹਿੰਦੇ ਆ ਕਿ ਜੀ ਤੁਹਾਨੂੰ ਤਾਂ ਪਹਿਲਾਂ ਮਿਲਣਾ ਚਾਹੀਦਾ ਸੀ। ਉਹ ਮੈਂ ਕਿਹਾ ਸਬਰਵਾਲ ਸਾਹਿਬ, ਤੁਸੀਂ ਮਾਨ ਸਾਹਿਬ ਦੀ ਗੱਲ ਕੀਤੀ ਕਿ ਉਹ ਵੀ ਕਲਾਕਾਰ ਰਹੇ ਨੇ, ਅਤੇ ਸਭ ਤੋਂ ਪਹਿਲਾਂ ਉਹਨਾਂ ਨੇ ਤੁਹਾਨੂੰ ਸਨਮਾਨਿਤ ਕੀਤਾ ਸਟੇਟ ਅਵਾਰਡ ਦੇ ਕੇ 2022 'ਚ। ਹੁਣ ਸਾਡੇ ਦਰਸ਼ਕਾਂ ਦੇ ਲਈ ਤੁਹਾਡੇ ਨਾਟਕ ਦਾ ਇੱਕ ਵਧੀਆ ਜਿਹਾ ਡਾਇਲੋਗ ਸੁਣਾਓ ਕੋਈ, ਤੁਸੀਂ ਜਿਹੜਾ ਤੁਹਾਡਾ ਵਧੀਆ ਰੋਲ ਹੋਵੇ ਉਹ ਇੱਕ ਡਾਇਲੋਗ ਸਾਨੂੰ ਸੁਣਾਓ। ਗੱਲ ਇਹ ਹੈ, ਮੈਂ ਰੇਡੀਓ ਜਲੰਧਰ 'ਤੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਵੀ ਕੰਮ ਕਰਦਾ ਰਿਹਾ। ਉੱਥੇ ਅਸੀਂ ਇੱਕ ਆਵਾਜ਼ ਐਸੀ ਮੇਰੀ ਪਾਪੂਲਰ ਹੋਈ ਸੀਗੀ ਕਿ ਮੈਂ ਉਸ ਆਵਾਜ਼ ਨੇ ਮੈਂ ਆਵਾਜ਼ ਪੈਦਾ ਕਿੱਥੋਂ ਹੋਈ ਮੈਨੂੰ, ਕਿਸੇ ਮਜ਼ਦੂਰ ਨੂੰ ਮੈਂ ਦੇਖਿਆ ਆ ਰਹੇ 'ਤੇ ਕੰਮ ਕਰਦਾ ਸੀ। ਮੈਂ ਕਿਹਾ ਇਹਦੀ ਆਵਾਜ਼ ਬੜੀ ਮਿੱਠੀ ਹੈ, ਐਕਸਟਰਾ ਆਰਡਨਰੀ ਹੈ, ਇਹ ਅਗਰ ਮੈਂ ਬੋਲਾਂਗਾ ਨਾ, ਕਿਉਂਕਿ ਰੇਡੀਓ 'ਚ ਵੇਸ਼ਭੂਸ਼ਾ ਜਾਂ ਚਿਹਰਾ ਮੋਹਰਾ ਤਾਂ ਆਉਂਦਾ ਨਹੀਂ ਲੋਕਾਂ ਦੇ ਸਾਹਮਣੇ, ਆਵਾਜ਼ ਹੈ ਜਾਦੂ। ਅਤੇ ਮੈਂ ਉਹਨੂੰ ਪੁੱਛਣਾ, ਮੈਂ ਕਿਹਾ ਸੁਣਾ ਬਈ ਗੋਬਿੰਦ ਕੀ ਹਾਲ ਹੈ? ਨਮਸਤੇ ਬਾਊ ਜੀ। ਮੈਂ ਕਿਹਾ ਹਾਲ ਚਾਲ ਠੀਕ? ਬਾਊ ਜੀ ਗੱਲ ਇਹ ਨਾ, ਸਾਰਾ ਦਿਨ ਹੱਡ ਮਾਰਦੇ ਰਹੀਦਾ, ਰਾਤ ਸੁੱਕ ਜਾਂਦਾ ਤਾਂ ਸ਼ਾਮ ਨੂੰ ਜਾ ਕੇ ਰੋਟੀਆਂ ਟੁਕਣ ਲੱਭਦਾ। ਘਰਵਾਲੀ ਸਾਡੀ 2 ਮਹੀਨੇ ਟੁਕਲ ਗਈ ਹਸਪਤਾਲ 'ਚ ਪਈ ਹੈ। ਅਸੀਂ ਤਾਂ ਕਾਕੇ ਨੂੰ ਆਖੀਦਾ ਪੁੱਤਰ ਪੜ੍ਹ ਲਾ, 2 ਅੱਖਰ ਢਿੱਡ 'ਚ ਪੈ ਜਾਣਗੇ, ਸਾਡਾ ਕੀ ਪਤਾ ਕਿਹੜੇ ਫੂਕ ਨਿਕਲ ਜਾਣੀ ਹੈ, ਅਸੀਂ ਬੋਲੀਆਂ ਹੀ ਪਾਉਣੀਆਂ। ਉਹ ਸੁਣ ਲਓ ਵੀ ਮੁੰਡੇ ਬੋਲੀਆਂ, ਉਹ ਸਦਕੇ ਜਾਈਏ ਕੀ ਕਹਿੰਦਾ ਫਿਰ? ਕਹਿੰਦਾ ਬਾਰੀ ਬਰਸੀ ਖੱਟ ਗਿਆ,
ਉਹ ਕਹਿੰਦਾ ਬਾਰੀ ਬਰਸੀ ਖੱਟਣ ਗਿਆ, ਉਹ ਖੱਟ ਕੇ ਲਿਆਇਆ ਵੀ ਕਹਿੰਦਾ ਚਾਂਦੀ। ਉਹ ਜੰਦੇ ਨੂੰ ਜਗਾ ਲੱਗੀ ਆ, ਕੁੰਜੀ ਲੈ ਗਿਆ ਮਹਾਤਮਾ ਗਾਂਧੀ, ਉਹ ਜੰਦੇ ਨੂੰ ਜਗਾ ਲੱਗੀ ਆ। ਹਾ ਹਾ ਉਹ ਵੀ ਸੁਣਾ ਦੇ ਜਿਹੜਾ ਕਹਿੰਦਾ ਉਹਨਾਂ ਚੇਤੇ ਰੱਖੀ ਪਿਆਰਿਆ, ਬਈ ਚੇਤੇ ਰੱਖੀ ਪਿਆਰਿਆ, ਬਈ ਚੇਤੇ ਰੱਖੀ ਪਿਆਰਿਆ, ਬਈ ਕਹਿੰਦਾ ਕਸ਼ਮੀਰ ਦਾ ਸਿਓ ਚੰਗਾ, ਉਹ ਦੇਸੀ ਖਾਣਾ ਘਿਓ ਚੰਗਾ, ਬੋਲੇ ਉਹ ਅਕਲਮੰਦ ਪਿਓ ਚੰਗਾ, ਚੇਤੇ ਰੱਖੀ ਪਿਆਰੇ ਹੋਏ, ਚੇਤੇ ਰੱਖੀ ਪਿਆਰਿਆ ਜੀ। ਬਿਲਕੁਲ 500 ਡਰਾਮਾ ਮੈਂ ਰੇਡੀਓ 'ਚ ਵੀ ਕੀਤਾ, 95,000 ਜਿਹੜੀਆਂ ਮੇਰੀਆਂ ਵਨ ਮੈਨ ਪਰਫੋਰਮੈਂਸ ਔਰ ਥੀਏਟਰਾਂ 'ਤੇ ਕੰਮ ਕੀਤਾ 70 ਸਾਲਾਂ ਦੇ ਵਿੱਚ। ਇੱਥੇ ਬਾਹਰਲੇ ਮੁਲਕਾਂ 'ਚ ਵੀ ਸਾਨੂੰ ਜਾਣਾ ਪਿਆ, ਹੰਗਰੀ, ਚੈਕੋਸਲੋਵਾਕੀਆ, ਪੋਲੈਂਡ ਆਉਂਦੇ ਪੈਰਿਸ, ਇਹ ਤੁਹਾਨੂੰ ICCR ਨੇ ਭੇਜਿਆ ਜੀ। ਥੈਂਕ ਯੂ ਸਰ। ਸੋ ਇਹ ਨੇ ਪਦਮ ਸ਼੍ਰੀ ਦੇ ਲਈ ਚੁਣੇ ਗਏ, ਅਸੀਂ ਇਹੀ ਗੱਲ ਕਹਾਂਗੇ ਕਿ ਐਡਵਾਂਸ ਕਹਿੰਦਾ ਕਿ ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਜਿਨ੍ਹਾਂ ਨੇ 5,000 ਸ਼ੋਅ ਅਤੇ 500 ਨਾਟਕ ਦੇ ਵਿੱਚ ਆਪਣੀ ਕਲਾ ਦਾ, ਆਪਣੇ ਨਿਰਦੇਸ਼ਨ ਦਾ ਲੋਹਾ ਮਨਵਾਇਆ, ਅਤੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਉਹਨਾਂ ਨੂੰ ਸਟੇਟ ਅਵਾਰਡ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਬਣਨ ਦੇ ਨਾਲ ਹੀ ਸਨਮਾਨਿਤ ਕੀਤਾ ਸੀ, ਅਤੇ ਹੁਣ ਉਹਨਾਂ ਨੂੰ ਪਦਮ ਸ਼੍ਰੀ ਮਿਲਣ ਜਾ ਰਿਹਾ, ਅਤੇ 94 ਸਾਲ ਦੀ ਉਮਰ ਦੇ ਵਿੱਚ ਵੀ ਰੰਗ ਮੰਚ ਦਾ ਜਿਹੜਾ ਉਹਨਾਂ ਨੂੰ ਸ਼ੌਕ ਹੈ, ਜਿਹੜਾ ਜਨੂੰਨ ਹੈ, ਉਹ ਘਟਿਆ ਨਹੀਂ, ਅਤੇ ਅੱਜ ਵੀ ਉਹ ਪਟਿਆਲਾ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਨਾਟਕ ਦੀ ਰਿਹਰਸਲ ਕਰਦੇ, ਅਤੇ ਨਿਰਦੇਸ਼ਕ ਬਣ ਕੇ ਨਵੀਂ ਪੀੜ੍ਹੀ ਨੂੰ ਰੰਗ ਮੰਚ ਦੇ ਨਾਲ ਜੋੜਨ ਦਾ ਕੰਮ ਕਰ ਰਹੇ ਨੇ। 94 ਸਾਲ ਦੀ ਉਮਰ 'ਤੇ ਅਸੀਂ ਇਹੀ ਦੁਆ ਕਰਦੇ ਹਾਂ ਕਿ ਪ੍ਰਾਣ ਸੱਭਰਵਾਲ ਆਪਣੀ ਜ਼ਿੰਦਗੀ ਦੇ 100 ਸਾਲ ਵੀ ਪੂਰੇ ਕਰਨ, ਅਤੇ ਉਸ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਉਹਨਾਂ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਈਏ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।